ਪੰਜਾਬ ਦੀ ਜੇਲ੍ਹਾਂ ਵਿੱਚ ਨਸ਼ਾ ਤਸਕਰੀ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਜੇਲ੍ਹ ਪ੍ਰਸ਼ਾਸਨ ਵੱਲੋਂ ਜੇਲ੍ਹਾਂ ਵਿੱਚ ਸਖ਼ਤੀ ਵਰਤੀ ਜਾ ਰਹੀ ਹੈ ਤਾਂ ਜੋ ਕੋਈ ਵੀ ਵਿਅਕਤੀ ਜੇਲ੍ਹ ਵਿੱਚ ਨਸ਼ਾ ਨਾ ਲਿਜਾ ਸਕੇ। ਨਾਭਾ ਦੀ ਜੇਲ੍ਹ ਵਿਖੇ ਇੱਕ ਔਰਤ ਨੂੰ ਕਰੀਮ ਵਿੱਚ ਨਸ਼ੀਲਾ ਪਾਊਡਰ ਸਪਲਾਈ ਕਰਨ ਦੇ ਦੋਸ਼ ਵਿੱਚ ਕਾਬੂ ਕੀਤਾ ਗਿਆ ਹੈ। ਇਸ ਸੰਬੰਧੀ ਜੇਲ੍ਹ ਸੁਪਰੀਟੈਂਡੈਂਟ ਨੇ ਦੱਸਿਆ ਕਿ ਇਸ ਔਰਤ ਦਾ ਪਤੀ ਅਤੇ ਲੜਕਾ ਜਾਲੀ ਕਰੰਸੀ ਅਤੇ ਹੋਰ ਵੱਖ ਵੱਖ ਧਾਰਾਵਾਂ ਦੇ ਤਹਿਤ 20 ਸਾਲਾਂ ਦੀ ਕੈਦ ਕੱਟ ਰਹੇ ਹਨ ਅਤੇ ਇਹ ਉਹਨਾਂ ਨੂੰ ਹੀ ਨਸ਼ੀਲਾ ਪਾਊਡਰ ਦੇਣ ਲਈ ਆਈ ਸੀ। ਤਲਾਸ਼ੀ ਦੌਰਾਨ ਇਸ ਨੂੰ ਮੌਕੇ 'ਤੇ ਕਾਬੂ ਕਰ ਲਿਆ ਗਿਆ ਹੈ। ਇਹ ਸਾਡੇ ਕੋਲ ਇਨਫੋਰਮੇਸ਼ਨ ਸੀ, ਅਸੀਂ 12 ਤਰੀਕ ਨੂੰ ਦੋ ਬੰਦਿਆਂ ਕੋਲੋਂ ਕੁਛ ਨਸ਼ੀਲਾ ਪਾਊਡਰ ਅਤੇ ਸੁਲਫਾ ਅਤੇ ਮੋਬਾਈਲ ਫੜਿਆ ਸੀ, ਜਿਹਦੇ ਸੰਬੰਧ 'ਚ ਸਦਰ ਨਾਭਾ ਪਰਚਾ ਵੀ ਦਰਜ ਕਰਾਇਆ ਗਿਆ ਅਤੇ ਇਹਦੇ ਨਾਲ ਹੀ ਇੱਕ ਮੁੰਡਾ ਗੋਰਾ ਜਿਹਦੀ ਮਾਂ ਕੀ ਅੱਜ ਮੁਲਾਕਾਤ 'ਤੇ ਆਈ ਸੀ, ਪਰਮਜੀਤ ਕੌਰ, ਇਹਨਾਂ ਦਾ ਆਪਸ 'ਚ ਨੈਕਸਸ ਸੀਗਾ। ਸਾਨੂੰ ਸੀਗਾ ਵੀ ਹੁਣ ਉਹ ਦੋ ਫੜੇ ਗਏ ਅਤੇ ਅਸੀਂ ਉਹਨਾਂ ਨੂੰ ਪ੍ਰਬੰਧਕੀ ਅਧਾਰ 'ਤੇ ਇਸ ਜੇਲ੍ਹ ਤੋਂ ਬਦਲ ਕੇ ਸਿਕਿਉਰਿਟੀ ਜੇਲ੍ਹ ਨਾਭਾ ਕਰਤਾ। ਅਤੇ ਸਾਨੂੰ ਇਨਫੋਰਮੇਸ਼ਨ ਸੀਗੀ ਵੀ ਹੁਣ ਇਹ ਇਕੱਲਾ ਕੁਛ ਨਾ ਕੁਛ ਸਮਾਨ ਮੰਗਾਊਗਾ, ਕੋਸ਼ਿਸ਼ ਕਰੂਗਾ ਅੰਦਰ ਸਮਗਲ ਕਰਨ ਦੀ। ਫਿਰ ਸਾਨੂੰ ਪਤਾ ਲੱਗਿਆ ਵੀ ਸਮਾਨ ਜਿਹੜਾ ਇਹਦੀ ਮੁਲਾਕਾਤ ਦੇ ਦੌਰਾਨ ਆਊਗਾ। ਅੱਜ ਇਹਦੀ ਮੁਲਾਕਾਤ ਇਹਦੀ ਮਾਂ ਕਰਨ ਆਈ ਅਤੇ ਦਿਲਬਾਗ ਸਿੰਘ ਦੀ ਵਾਈਫ ਅਤੇ ਬਿਕਰਮਜੀਤ ਉਰਫ ਗੋਰੇ ਦੀ ਮਦਰ ਪਰਮਜੀਤ ਕੌਰ, ਅਤੇ ਜ਼ਿਲ੍ਹਾ ਅੰਮ੍ਰਿਤਸਰ ਇਹਨਾਂ ਦਾ, ਵਿਲੇਜ ਕੱਕੜ। ਅਤੇ ਮੁਲਾਕਾਤ ਦੌਰਾਨ ਆ ਕਰੀਮ ਦੀ ਸ਼ੀਸ਼ੀ ਜਿਹੜੀ ਜਦੋਂ ਬਾਹਰ ਤਲਾਸ਼ੀ ਕੀਤੀ ਗਈ ਅਤੇ ਇਹਦੇ ਅੰਦਰ ਕੈਵਿਟੀ ਬਣਾਈ ਹੋਈ ਸੀ ਜਿਹਦੇ ਅੰਦਰ ਤਕਰੀਬਨ 25 ਗ੍ਰਾਮ, ਜਿਹੜਾ ਕਿ ਹਾਲੇ ਅਸੀਂ ਵੇਟ ਨਹੀਂ ਕਰਾਇਆ, ਨਸ਼ੀਲਾ ਪਾਊਡਰ ਜੋ ਕਿ ਹੈਰੋਨ ਜਾਂ ਸਮੈਕ ਕੁਛ ਵੀ ਹੋ ਸਕਦਾ, ਉਹ ਫੜਿਆ ਗਿਆ ਮੌਕੇ 'ਤੇ। ਅਤੇ ਪਰਮਜੀਤ ਕੌਰ ਨੂੰ ਮੌਕੇ 'ਤੇ ਹੀ ਫੜ ਕੇ ਅਸੀਂ ਹੁਣ ਸਦਰ ਨਾਭੇ ਹਵਾਲੇ ਕਰਨ ਲੱਗੇ। ਅਤੇ ਇਹ ਸਾਨੂੰ ਇਨਫੋਰਮੇਸ਼ਨ ਜਿਹੜੀ ਪਿਛਲੇ 4 ਦਿਨ ਤੋਂ ਸੀਗੀ ਵੀ ਇਹਦੀ ਮੁਲਾਕਾਤ ਦੇ ਦੌਰਾਨ ਸਮਾਨ ਆਏਗਾ। CNA ਚੈਨਲ ਲਈ ਨਾਭਾ ਤੋਂ ਰਾਜੇਸ਼ ਦੀ ਰਿਪੋਰਟ।